ਮੈਨੂੰ ਤਾਂ ਕੁਛ ਨਹੀਂ ਹੋਇਆ, ਮੈਨੂੰ ਤਾਂ ਕੁਛ ਨਹੀਂ ਹੋਇਆ। ਜੇ ਤੈਨੂੰ ਕੁਝ ਨਹੀਂ ਹੋਇਆ ਤਾਂ ਤੂੰ ਗਾਲਾਂ ਕਿਸ ਨੂੰ ਕੱਢ ਰਹੀ ਸੀ? ਨਾ 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 ਧੀਏ, ਮੈਂ ਤਾਂ ਕਿਸੇ ਨੂੰ ਨਹੀਂ ਗਾਲਾਂ ਕੱਢਦੀ ਪਈ ਸਾਂ। ਮਾਂ ਤੂੰ ਜ਼ਰੂਰ ਮੇਰੇ ਤੋਂ ਕੁਛ ਲੁਕੋ ਰਹੀ ਹੈ। ਠੀਕ ਹੈ, ਫਿਰ ਉਹ ਕੁੱਤਾ ਸਰਦਾਰ ਕੌਣ ਹੈ ਜਿਹਨੂੰ ਤੂੰ ਉੱਚੀ ਉੱਚੀ ਲਲਕਾਰ ਰਹੀ ਸੀ? ਲਲਕਾਰ ਰਹੀ ਸਾਂ ਧੀਏ? ਮੈਨੂੰ ਜ਼ਰੂਰ ਕੋਈ ਸੁੱਤੀ ਪਈ ਨੂੰ ਸੁਪਨਾ ਆਇਆ ਹੋਣਾ ਅਤੇ ਮੈਂ ਸੁਪਨੇ ਵਿੱਚ ਹੀ ਬੋਲ ਰਹੀ ਸਾਂ। ਮਾਂ, ਤੇਰਾ ਚਿਹਰਾ ਦੱਸਦਾ ਕਿ ਤੂੰ ਜ਼ਰੂਰ ਮੇਰੇ ਤੋਂ ਕੋਈ ਗੱਲ ਛੁਪਾ ਰਹੀ ਹੈ। ਧੀਏ, ਭਲਾ ਮੈਂ ਤੇਰੇ ਕੋਲੋਂ ਕੀ ਛੁਪਾ ਸਕਦੀ? ਤੇ ਮਾਂ, ਤੂੰ ਖੁੱਲ੍ਹ ਕੇ ਦੱਸ, ਤੇਰੇ ਸੁਪਨੇ ਦਾ ਰਾਜ ਕੀ ਹੈ? ਧੀਏ, ਜੇ ਤੂੰ ਰਾਜ ਹੀ ਪੁੱਛਣਾ ਚਾਹੁੰਦੀ ਹੈ ਨਾ ਤਾਂ ਵਕਤ ਆਉਣ 'ਤੇ ਮੈਂ ਤੈਨੂੰ ਸਭ ਕੁਛ ਦੱਸ ਦੇਵਾਂਗੀ। ਵਕਤ ਆਇਆ, ਉਹਦਾ ਕੀ ਮਤਲਬ ਮਾਂ? ਧੀਏ, ਮੇਰੀ ਦੁੱਖਾਂ ਭਰੀ ਕਹਾਣੀ ਸੁਣ ਕੇ ਤੂੰ ਆਪ ਹੀ ਸਮਝ ਜਾਵੇਂਗੀ। ਧੀਏ, ਬਸ ਤੂੰ ਹੁਣ ਮੈਨੂੰ ਲੰਮੀ ਪਾ ਦੇ। ਰੇਸ਼ਮਾ, ਨੀ ਰੇਸ਼ਮਾ, ਉਹ ਲੰਘਿਆ ਘਰ ਹੀ ਹੈ। ਰੇਸ਼ਮਾ, ਤੇਰੀ ਚਿੱਠੀ ਆਈ ਆ। ਹੈ? ਮੇਰੀ ਚਿੱਠੀ ਆਈ ਹੈ? ਹੈ, ਮੈਨੂੰ ਨੌਕਰੀ ਮਿਲ ਗਈ। ਤੈਨੂੰ ਨੌਕਰੀ ਮਿਲ ਗਈ? ਫਿਰ ਤਾਂ ਤੈਨੂੰ ਬਹੁਤ ਬਹੁਤ ਵਧਾਈਆਂ। ਸ਼ੁਕਰ, ਮੈਨੂੰ ਨੌਕਰੀ ਮਿਲ ਗਈ। ਚੰਗਾ, ਮੈਂ ਚੱਲਦੀ ਹਾਂ ਹੁਣ। ਬੈਠ, ਮੈਂ ਚਾਹ ਬਣਾਉਂਦੀ ਹਾਂ। ਨਹੀਂ ਨਹੀਂ, ਚਾਹ ਦੀ ਕੋਈ ਲੋੜ ਨਹੀਂ, ਮੈਂ ਚੱਲਦੀ ਹਾਂ ਹੁਣ। ਚੰਗਾ ਫਿਰ। ਮੈਨੂੰ ਕੁਛ ਪਤਾ ਨਹੀਂ ਲੱਗਦਾ ਮੈਂ ਕੀ ਬੋਲਦੀ ਹਾਂ। ਮਾਂ, ਤੈਨੂੰ ਸਭ ਕੁਛ ਪਤਾ ਹੈ, ਤੂੰ ਇੱਕ ਵਾਰੀ ਮੈਨੂੰ ਉਸ ਬਦਮਾਸ਼ ਦਾ ਨਾਮ ਦੱਸ ਦੇ ਜਿਹਨੇ ਤੇਰੀ ਇਹ ਹਾਲਤ ਕੀਤੀ ਹੈ। ਨਾ 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 ਧੀਏ, ਕਿਤੇ ਤੇਰੀ ਜ਼ਿੰਦਗੀ ਵੀ ਮੇਰੇ ਤਰ੍ਹਾਂ ਬਰਬਾਦ ਨਾ ਹੋ ਜਾਵੇ। ਮਾਂ, ਤੂੰ ਮੈਨੂੰ ਇੰਨੀ ਕਮਜ਼ੋਰ ਨਾ ਸਮਝ, ਜਿਹਨੇ ਤੇਰੀ ਇਹ ਹਾਲਤ ਕੀਤੀ ਹੈ ਉਹ ਇਹ ਜੱਗ 'ਚ ਨਹੀਂ ਰਹੂਗਾ। ਧੀਏ, ਮੇਰੇ ਸਾਹਾਂ ਦਾ ਕੀ ਭਰੋਸਾ, ਕਦੋਂ ਨਿਕਲ ਜਾਣ, ਮੈਂ ਤੇਰੀ ਜ਼ਿੰਦਗੀ ਨਰਕ ਨਹੀਂ ਬਣਾਉਣਾ ਚਾਹੁੰਦੀ। ਮਾਂ, ਤੈਨੂੰ ਮੇਰੀ ਸੌਂ, ਜੇ ਤੂੰ ਮੈਨੂੰ ਆਪਣਾ ਦੁੱਖ ਨਾ ਦੱਸੇ। ਧੀਏ, ਮੇਰਾ ਦੁੱਖ ਸੁਣੇਗੀ ਤਾਂ ਤੇਰਾ ਕਾਲਜਾ ਫਟ ਜਾਵੇਗਾ। ਮੈਂ ਆਪਣੇ ਕਾਲਜੇ ਤੇ ਪੱਤਰ ਧਰ ਲਵਾਂਗੀ। ਲੈ ਸੁਣ ਧੀਏ, ਮੇਰੀ ਦਰਦ ਕਹਾਣੀ। ਪੁੱਤ ਬੇਗਮੋ, ਓ ਪੁੱਤ ਬੇਗਮੋ। ਆਈ ਅੱਬੂ। ਆ ਪੁੱਤ ਪਾਣੀ ਲਿਆਈ? ਅੱਛਾ ਅੱਬੂ। ਮੇਰਾ ਪੁੱਤ ਕੱਚੇ ਭਾਂਡੇ ਇੱਕ ਪਾਸੇ ਰੱਖ ਦੇ ਚੁੱਕੇ। ਅੱਛਾ ਅੱਬੂ। ਬੇਗਮੋ, ਕੁੜੇ ਬੇਗਮੋ, ਆੜੀਏ ਪਾਣੀ ਲੈਣ ਚੱਲੀਏ। ਅੱਬੂ। ਹਾਂ ਪੁੱਤ। ਮੈਂ ਪਾਣੀ ਲੈ ਆਵਾਂ। ਚੰਗਾ ਪੁੱਤ, ਛੇਤੀ ਆ ਜਾਈ, ਜਦ ਤੱਕ ਤੂੰ ਆਉਂਦੀ ਨੀ ਮੈਨੂੰ ਫਿਕਰ ਲੱਗਾ ਰਹਿੰਦਾ। ਤੈਨੂੰ ਤਾਂ ਅੱਬੂ ਉਦਾਂ ਹੀ ਫਿਕਰ ਲੱਗਾ ਰਹਿੰਦਾ। ਉਹ ਨਹੀਂ ਪੁੱਤ, ਫੇਰ ਵੀ ਮੈਂ ਇੱਕ ਗਰੀਬ ਬਾਪ ਹਾਂ, ਗਰੀਬ ਬਾਪ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਆ। ਬਾਪੂ, ਮੈਂ ਕਿਹੜਾ ਕੱਲੀ ਚੱਲੀ ਆ, ਸਾਰੀਆਂ ਕੁੜੀਆਂ ਮੇਰੇ ਨਾਲ ਆ। ਚੰਗਾ ਪੁੱਤ, ਚੰਗਾ, ਛੇਤੀ ਆ ਜਿਓ। ਤੂੰ ਫਿਕਰ ਨਾ ਕਰੀ, ਅਸੀਂ ਛੇਤੀ ਆ ਜਾਣਾ। ਚੰਗਾ ਪੁੱਤ, ਚੰਗਾ।
ਸਰਦਾਰ ਜੀ ਕਬੂਤਰੀਆਂ। ਸਰਦਾਰ ਜੀ ਕਾਲੋਂ ਅੱਖਾਂ ਚੱਤੀਆਂ। ਉਹ ਗੱਭਰੂ ਤੁਸੀਂ ਠਹਿਰੋ ਇੱਥੇ ਜਰਾ, ਮੈਂ ਜਰਾ ਘੁੱਟ ਪਾਣੀ ਪੀ ਜਾਵਾਂ। ਸਰਦਾਰ ਜੀ ਚੱਕਦੇ ਹੋ ਫੱਟੇ? ਅੰਬਰਾਂ ਦੀ ਪਰੀ ਅੱਜ ਧਰਤੀ ਤੇ ਮੈਂ ਪਹਿਲੀ ਵਾਰ ਦੇਖ ਰਿਹਾ ਵਾਂ। ਨਾ ਅੱਖਾਂ ਪਾੜ-ਪਾੜ ਕੇ ਕੀ ਦੇਖੀਆਂ, ਨਾ ਕਦੇ ਕੋਈ ਕੁੜੀ ਨਹੀਂ ਦੇਖੀ। ਦੇਖੀਆਂ ਨੇ, ਇੱਕ ਨਹੀਂ ਬਹੁਤ ਦੇਖੀਆਂ ਨੇ, ਪਰ ਤੇਰੇ ਵਰਗੀ ਹੂਰ ਅੱਜ ਪਹਿਲੀ ਵਾਰ ਦੇਖ ਰਿਹਾ ਕਿਨਾਰੇ। ਸ਼ਰਮਕਾਰ ਸ਼ਰਮ ਸਰਦਾਰਾ, ਪਿੰਡ ਦੀਆਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਧੀਆਂ ਭੈਣਾਂ? ਸਰਦਾਰ ਕਿਰਪਾਲਾ ਸਿੰਘ ਨੇ ਸਾਰੇ ਪਿੰਡ ਦਾ ਠੇਕਾ ਤੇ ਨਹੀਂ ਲੈ ਰੱਖਿਆ ਧੀਆਂ ਭੈਣਾਂ ਬਣਾਉਣ ਦਾ? ਨਾ ਜੇ ਤੁਸੀਂ ਪਿੰਡ ਦੀਆਂ ਧੀਆਂ ਭੈਣਾਂ ਦਾ ਠੇਕਾ ਨਹੀਂ ਲੈ ਸਕਦੇ ਤਾਂ ਤੁਸੀਂ ਆਪਣੀਆਂ ਧੀਆਂ ਦਾ ਠੇਕਾ ਕਿਵੇਂ ਲੈ ਸਕਦੇ ਹੋ? ਮੂੰਹ ਨੂੰ ਲਗਾਮ ਦੇ, ਕਿਰਪਾਲਾ ਸਿੰਘ ਦੇ ਮੂਹਰੇ ਬੋਲਣ ਲੱਗੀ ਆਪਣੀ ਔਕਾਤ ਦੇਖ ਲੈਂਦੀ। ਔਕਾਤ ਦੇਖ ਕੇ ਗੱਲ ਕਰ ਰਹੀ ਆ, ਅਸੀਂ ਗਰੀਬ ਜ਼ਰੂਰ ਆ ਪਰ ਆਪਣੀ ਇੱਜ਼ਤ ਦੀ ਰਾਖੀ ਖੁਦ ਕਰਨਾ ਜਾਣਦੀ ਆ। ਇੱਜ਼ਤ ਰਾਖੀ? ਅੱਜ ਤੇਰੀ ਇੱਜ਼ਤ ਨੂੰ ਕਿਰਪਾਲਾ ਸਿੰਘ ਤੋਂ ਕੌਣ ਬਚਾਏਗਾ ਕੁੜੀਏ? ਛਿਖੜ ਕੇ ਗੱਲ ਕਰ ਸਰਦਾਰਾ, ਕਿਤੇ ਮਜਬੂਰ ਹੋ ਕੇ ਮੈਨੂੰ ਤੇਰੇ ਤੇ ਹੱਥ ਨਾ ਚੁੱਕਣਾ ਪੈ ਜੇ। ਅੱਛਾ, ਤੇ ਕੀੜੀ ਨੂੰ ਵੀ ਖੰਭ ਨਿਕਲ ਆਏ ਨੇ? ਖੰਭ ਨਿਕਲੇ ਕਰਕੇ ਤੇਰੇ ਨਾਲ ਗੱਲ ਕਰਦੀ ਪਈ ਆ, ਨਹੀਂ ਤਾਂ ਉਹਨਾਂ ਕੁੜੀਆਂ ਵਾਂਗੂ ਮੈਂ ਵੀ ਤੇਰੇ ਕੋਲ ਡਰ ਕੇ ਭੱਜ ਜਾਂਦੀ। ਭੱਜਣਾ ਕਿੱਥੇ ਆ ਕੁੜੀਏ, ਅੱਜ ਤੈਨੂੰ ਕਿਰਪਾਲਾ ਸਿੰਘ ਆਪਣੇ ਨਾਲ ਹੀ ਲੈ ਕੇ ਜਾਏਗਾ। ਮੇਰੀ ਬਾਤ ਛੱਡ ਦੇ ਸਰਦਾਰਾ, ਤੈਨੂੰ ਕਿਹਾ ਮੇਰੀ ਬਾਤ ਛੱਡ ਦੇ।
ਮੈਂ ਇਹ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਇਸ ਦਾ ਬਦਲਾ ਜ਼ਰੂਰ ਲਵਾਂਗਾ, ਜ਼ਰੂਰ ਲਵਾਂਗਾ, ਜ਼ਰੂਰ ਲਵਾਂਗਾ। ਓ ਲੋ ਪੈ ਗਿਆ ਪਟਾਕਾ। ਸਰਦਾਰ ਜੀ ਇੰਨੀ ਬੇਇੱਜ਼ਤੀ, ਇੰਨੀ ਬੇਇੱਜ਼ਤੀ ਤਾਂ ਕਦੀ ਕਿਸੇ ਨੇ ਮੇਰੀ ਨਹੀਂ ਕੀਤੀ। ਤੁਹਾਡੀ ਸਰਦਾਰੀ ਗਈ ਖੂਜ। ਚਲੇ ਉਹ ਸਰਦਾਰ ਜੀ, ਹੁਣ ਗੁੱਸੇ 'ਚ ਲਾਲ ਪੀਲੇ ਹੋਣ ਦਾ ਕੀ ਫਾਇਦਾ, ਹੁਣ ਤਾਂ ਕਬੂਤਰੀ ਉੜ ਗਈ। ਮੈਂ ਇਹ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦਾ। ਉਹ ਇਹ ਨਹੀਂ ਜਾਣਦੀ ਇਹ ਥੱਪੜ ਉਹਨੂੰ ਕਿੰਨਾ ਮਹਿੰਗਾ ਪਏਗਾ। ਮੈਂ ਇਸ ਦਾ ਬਦਲਾ ਜ਼ਰੂਰ ਲਵਾਂਗਾ, ਮੈਂ ਇਸ ਦਾ ਬਦਲਾ ਜ਼ਰੂਰ ਲਵਾਂਗਾ। ਕੱਚੇ ਰਾਤ ਦਵਾਈਆਂ ਪਾਵੇ ਅਜਿਆਣਾ ਦਾ ਸਾਈਕਲ ਬਲੀਏ, ਕੱਚੇ ਰਾਤ ਕੀ ਹੋ ਗਿਆ, ਆਹਦਾ ਪੜਾਕਾ ਹੀ ਪੈ ਗਿਆ। ਓਏ ਹੋਏ ਮੱਲਿਆ ਨੇ। ਚਲੋ ਨੀ ਜਾ ਕੇ ਆਪਾਂ ਉਹਨੂੰ ਰੋਕੀਏ। ਨੀ ਦੇਖੋ ਨੀ ਲੋਕੀ ਤਾਂ ਸਾਡਾ ਚਲਾ ਕੇ ਆਉਂਦੇ ਨੇ, ਸਾਡਾ ਅਮਲੀ ਤਾਂ ਮੋਢਿਆਂ ਤੇ ਲਈ ਆਉਂਦਾ। ਆਪਾਂ ਇਹਨੂੰ ਰੋਕਦੇ ਹਾਂ। ਚਲੋ ਨੀ ਚਲੋ। ਓਏ ਹਟ ਜਾਓ, ਹਟ ਜਾਓ ਕੁੜੀਓ। ਵੀ ਅਮਲੀਏ ਝੋਲੇ ਵਿੱਚ ਕੀ ਆ? ਓਏ ਕੁਝ ਨਹੀਂ, ਕੁਝ ਨਹੀਂ ਛਾਣਦੇ ਹੋ? ਕੁਝ ਤਾਂ ਹੈ ਜ਼ਰੂਰ। ਵੇ ਅਮਲੀਆ ਅੱਜ ਤਾਂ ਤੀਆਂ ਦਾ ਮੇਲਾ ਹੈ, ਸਾਨੂੰ ਬੋਲੀ ਸੁਣਾ ਕੇ ਜਾ। ਓਏ ਬੋਲਣੀ? ਹਾਂ ਹਾਂ ਬੋਲਣੀ। ਮੈਨੂੰ ਨਹੀਂ ਆਉਣੀ ਕੋਈ ਬੋਲਣੀ? ਬੋਲਣੀ ਬੋਲਣੀ ਅੱਜ ਸੁਣਾਉਣੀ ਬਹੁ, ਸਾਨੂੰ ਬੋਲੀ ਸੁਣਾ ਕੇ ਜਾ। ਸੁਣਾਉਣੀ ਮਾਉ? ਹਾਂ ਸੁਣਾਉਣੀ ਮਾਉ। ਅੱਛਾ ਪਿੱਛੇ ਪਿੱਛੇ ਆਣ ਜਾਓ। ਫੇਰ ਨਾ ਕਿਉਂ ਵਿੱਚ ਕੁਝ ਲੱਗ ਗਿਆ? ਓਏ ਬਾਣੀ ਵਰਤੀ ਕੱਟਣੇ ਗਿਆ ਸੀ, ਕੱਟ ਕੱਟ ਕੇ ਲਿਆਂਦੇ ਬਚਾਓ। ਟੱਲੀਆਂ ਵਜਾਉਂਦਾ ਜਾਊ, ਟੱਲੀਆਂ ਵਜਾਉਂਦਾ ਜਾਊ, ਵਜਾ ਮੇਣ ਜੈ ਗੱਲ ਦੇ। ਹੋਰ ਜੀ ਸਰਦਾਰ ਜੀ ਕਿਵੇਂ ਚੱਲਦਾ ਫਿਰ ਅੱਜ ਕੱਲ? ਬਹੁਤ ਵਧੀਆ। ਹੋਰ ਦਰਸ਼ਨ ਕਿੱਦਾਂ ਆਉਣਾ ਹੋਇਆ ਬਈ? ਵੈਸੇ ਹੀ ਸਰਦਾਰ ਜੀ, ਸਰਦਾਰ ਜੀ ਅੱਜ ਪਿੰਡ ਵਿੱਚ ਤੀਆਂ ਦਾ ਮੇਲਾ ਤੇ ਉਸ ਮੇਲੇ ਵਿੱਚ ਬਸ ਉਸ ਮੇਲੇ ਵਿੱਚ ਬੇਗਮੋ ਜ਼ਰੂਰ ਆਏਗੀ। ਬਿੱਲਿਆ ਜੀ ਸਰਦਾਰ ਜੀ ਘੋੜਾ ਤਿਆਰ ਕਰ, ਅੱਜ ਬੇਗਮੋ ਮੇਰੇ ਕੋਲੋਂ ਬਚ ਨਹੀਂ ਸਕਦੀ।
ਉਸ ਦਿਨ ਥੱਪੜ ਮਾਰ ਕੇ ਬਚ ਗਈ ਕੁੜੀਏ, ਅੱਜ ਤੂੰ ਮੇਰੇ ਕੋਲੋਂ ਬਚ ਨਹੀਂ ਸਕਦੀ। ਮੇਰੀ ਬਾਤ ਛੱਡ ਦੇ ਸਰਦਾਰਾ, ਕਿਤੇ ਬਾਤ ਤੈਨੂੰ ਮਹਿੰਗੀ ਨਾ ਫਸ ਜਵੇ। ਇਹ ਤਾਂ ਤੈਨੂੰ ਮੈਂ ਦੱਸਾਂਗਾ, ਮਹਿੰਗੀ ਕਿਹਨੂੰ ਪੈਂਦੀ ਹੈ, ਤੈਨੂੰ ਜਾਂ ਮੈਨੂੰ? ਤੈਨੂੰ ਛੱਡ ਦੇ ਸਰਦਾਰਾ, ਸਿੱਧੀ ਗਰੀਬੀ ਦਾ ਫਾਇਦਾ ਨਹੀਂ ਠਾਈਦਾ। ਗਰੀਬੀ ਫਾਇਦਾ? ਉਸ ਦਿਨ ਤਾਂ ਸ਼ੇਰਨੀ ਵਾਂਗ ਗੱਜਦੀ ਸੀ, ਅੱਜ ਕਿਵੇਂ ਗਿੱਦੜ ਬਣ ਗਈ ਏ ਕੁੜੀਏ। ਮੈਨੂੰ ਮਾਫ ਕਰ ਦੇ ਸਰਦਾਰਾ, ਕਿਸੇ ਦੀ ਗਰੀਬੀ ਦਾ ਫਾਇਦਾ ਨਹੀਂ ਠਾਈਦਾ। ਗਰੀਬੀ ਫਾਇਦਾ? ਹੁਣ ਤਾਂ ਤੈਨੂੰ ਮੇਰੇ ਕੋਲ ਰੱਬ ਵੀ ਨਹੀਂ ਬਚਾ ਸਕਦਾ ਕੁੜੀਏ। ਜ਼ਬਰਦਸਤੀ ਚੁੱਕ ਕੇ ਲੈ ਗਿਆ। ਉਹ ਮੈਂ ਕਿਸੇ ਨੂੰ ਮੂੰਹ ਦਿਖਾਲਣ ਦੇ ਕਾਬਲ ਨਹੀਂ ਰਿਹਾ, ਮੇਰੀ ਸਾਰੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਆ। ਹੇ ਉੱਪਰ ਵਾਲਿਆ, ਚੱਕ ਲੈ ਮੈਨੂੰ, ਚੱਕ ਲੈ ਮੈਨੂੰ। ਜੀਤਿਆ, ਪਹਿਲੇ ਤੋੜਦੀ ਪੀਣ ਦਾ ਤਾਂ ਸਵਾਦ ਹੀ ਵੱਖਰਾ। ਸਰਦਾਰ ਜੀ ਇੱਕ ਗੱਲ ਆਖਾਂ? ਓਏ ਇੱਕ ਨਹੀਂ, ਓਏ ਜੀਤਿਆ ਦੋ ਆਖ। ਸਰਦਾਰ ਜੀ ਕਿਉਂ ਨਾ ਆਪਾਂ ਇਸ ਕੁੜੀ ਨੂੰ ਕਲਕੱਤੇ ਜਾਂ ਬੰਬੇ ਦੇ ਬਾਜ਼ਾਰਾਂ 'ਚ ਵੇਚ ਆਈਏ, ਸੋਹਣੀ ਚੀਜ਼ ਹੈ, ਮੂੰਹ ਮੰਗੀ ਕੀਮਤ ਮਿਲ ਜਾਏਗੀ। ਚੰਗਾ ਮੈਂ ਚੱਲਦਾ, ਤੂੰ ਆਪਣਾ ਕੰਮ ਕਰਕੇ ਆਵੀਂ। ਚੰਗਾ ਸਮਝ ਗਿਆ ਜੀਤਿਆ? ਸਮਝ ਗਿਆ ਸਰਦਾਰ ਜੀ। ਚੱਲ ਉੱਠ ਕੁੜੀਏ, ਤੈਨੂੰ ਗੰਗਾ ਨਵਾ ਲਿਆ ਜੀ। ਚੱਲ ਉਹ ਚੱਲ ਉੱਠ ਪੈ, ਇੱਥੇ ਖੇਡਣ ਜਾ ਕੜੀ ਲੈ। ਚੱਲ ਓਏ ਪੁੱਤਰਾ। ਬਾਪੂ ਓਏ ਕਮੀ ਕਮੀ, ਜ਼ਿਆਦਾ ਸਿਰ ਦੇ ਜਿਹੜੇ ਚੰਗੇ ਨਹੀਂ ਹੁੰਦੇ, ਇਹਨਾਂ ਨੂੰ ਦਬਾ ਕੇ ਰੱਖਣਾ ਸਾਡੀ ਖਾਨਦਾਨੀ ਰੀਤ ਹੈ, ਸਮਝ ਗਿਆ ਨਾ? ਬਾਪੂ ਤੂੰ ਫਿਕਰ ਨਾ ਕਰ, ਸਾਡੇ ਨਾਲ ਵੀ ਉੱਪਰ ਆਵਾਂਗਾ। ਓ ਖੁਸ਼ ਕੀਤਾ ਪੁੱਤਰਾ, ਆਵਾਜ਼।
ਚਲੀ ਗਈ। ਤੂੰ ਕਿੱਥੇ ਚਲੀ ਗਈ ਮੇਰੀ ਧੀ ਬੇਗਮਾ? ਬੇਗਮਾ ਬੇਗਮਾ ਤੂੰ ਕਿੱਥੇ ਚਲੀ ਗਈ? ਤੂੰ ਕਿੱਥੇ ਚਲੀ ਗਈ ਬੇਗਮਾ? ਤੂੰ ਕਿੱਥੇ ਚਲੀ ਗਈ? ਉਹ ਪਿੰਡ ਵਾਲਿਆ, ਉਹ ਪਿੰਡ ਵਾਲਿਆ, ਤੀਆਂ ਦਾ ਮੇਲਾ ਨਾ ਲਾਇਓ, ਨਾ ਲਾਇਓ ਤੀਆਂ ਦਾ ਮੇਲਾ। ਬੇਲੀਆਂ ਦਾ ਕੋਈ ਇਤਬਾਰ ਨਹੀਂ, ਜੁੰਮਾ ਜੁੰਮੇਵਾਰ ਨਹੀਂ, ਉਹ ਜੁੰਮਾ ਜੁੰਮੇਵਾਰ ਨਹੀਂ, ਜੁੰਮਾ ਜੁੰਮੇਵਾਰ ਨਹੀਂ। ਨਾ ਲਾਇਓ ਮੇਲਾ, ਧੀਆਂ ਦਾ ਮੇਲਾ ਨਾ ਲਾਇਓ, ਨਾ ਲਾਇਓ, ਨਾ ਲਾਇਓ, ਨਾ ਲਾਇਓ। ਇਹ ਸੀ ਮੇਰੀ ਆਪ ਬੀਤੀ ਕਹਾਣੀ। ਇਹ ਫੋਟੋ ਦੇਖਦੀ ਹੈ, ਉਸ ਤੋਂ ਬਾਅਦ ਇਹ ਭਲਾ ਪੁਰਖ ਮੈਨੂੰ ਮਿਲ ਗਿਆ ਅਤੇ ਮੈਂ ਇਹਦੇ ਨਾਲ ਵਿਆਹ ਕਰ ਲਿਆ। ਅਤੇ ਇਹ ਹੈ ਤੇਰਾ ਬਾਪੂ। ਨਾ ਮਾਂ, ਪਰ ਬਾਪੂ ਕਿੱਥੇ? ਧੀਏ, ਉਹ ਇਸ ਦੁਨੀਆਂ 'ਚ ਹੁਣ ਨਹੀਂ ਰਿਹਾ। ਮਾਂ, ਤੂੰ ਸਾਰੀ ਉਮਰ ਦੁੱਖਾਂ ਵਿੱਚ ਗੁਜ਼ਾਰ ਦਿੱਤੀ ਹੈ। ਧੀਏ, ਜਿਹਦੇ ਕਰਮਾਂ 'ਚ ਦੁੱਖ ਲਿਖੇ ਹੋਣ, ਉਹ ਭਲਾ ਸੁੱਖ ਕਿਵੇਂ ਗੁਜ਼ਾਰ ਸਕਦਾ ਹੈ? ਮਾਂ, ਤੂੰ ਚਿੰਤਾ ਨਾ ਕਰ, ਮੈਨੂੰ ਹੁਣ ਮਾਸਟਰਾਣੀ ਦੀ ਨੌਕਰੀ ਮਿਲ ਗਈ ਹੈ, ਹੁਣ ਮੈਂ ਤੈਨੂੰ ਸਾਰੇ ਸੁੱਖ ਦਿਆਂਗੀ। ਧੀਏ, ਤੂੰ ਮਾਸਟਰਨੀ ਆਪਣੇ ਨਾਨਕੇ ਪਿੰਡ ਜਾ ਕੇ ਲੱਗੀ ਤੇ ਮੇਰੀ ਬੇਇੱਜ਼ਤੀ ਦਾ ਬਦਲਾ ਜ਼ਰੂਰ ਲਵੀਂ। ਮਾਂ, ਤੇਰਾ ਕਿਹਾ ਸਿਰ ਮੱਥੇ, ਮੈਂ ਤੇਰੇ ਬੋਲ ਭੁਗਾਵਾਂਗੀ। ਮੈਨੂੰ ਤੇਰੇ ਤੇ ਇਹੋ ਉਮੀਦ ਸੀ ਧੀਏ। ਮਾਂ, 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 ਤੂੰ ਵੀ ਮੈਨੂੰ ਯਤੀਮ ਕਰ ਗਈ, ਤੇਰੇ ਤੋਂ ਬਗੈਰ ਮੇਰਾ ਕੋਈ ਨਹੀਂ। ਮੈਂ ਨਾਨਕੀ ਪਿੰਡ ਜਾ ਕੇ ਮਾਸਟਰਨੀ ਜ਼ਰੂਰ ਲੱਗਾਂਗੀ ਮਾਂ, ਜ਼ਰੂਰ ਲੱਗਾਂਗੀ। ਇਹ ਤਾਂ ਸ਼ੁਕਰੀਆ ਬਚਾਅ ਹੋ ਗਿਆ, ਪਰ ਇਹਨਾਂ ਬੜੇ ਘਰਾਂ ਦੇ ਵਿਗੜੇ ਹੋਏ ਕਾਕਿਆਂ ਨੂੰ ਪੈਸੇ ਤੇ ਜਵਾਨੀ ਨੇ ਇੰਨਾ ਅੰਨਾ ਕਰ ਦਿੱਤਾ ਕਿ ਇਹਨਾਂ ਨੂੰ ਮਾਸੂਮ ਤੇ ਬੱਚੇ ਵੀ ਨਜ਼ਰ ਨਹੀਂ ਆਉਂਦੇ। ਓਏ ਕਿੱਦਾਂ ਨੌਜਵਾਨੋ, ਕੰਮ ਠੀਕ ਚੱਲਦਾ ਨਾ? ਹਾਂਜੀ ਸਰਪੰਚ ਸਾਹਿਬ, ਠੀਕ ਚੱਲਦਾ ਜੀ। ਸਰਪੰਚ ਸਾਹਿਬ, ਅੱਜ ਤਾਂ ਬੜੀਆਂ ਸਫਾਈਆਂ ਹੋ ਰਹੀਆਂ ਨੇ। ਮਾਸਟਰ ਜੀ, ਅਸੀਂ ਕਿਹਾ ਕਿਉਂ ਨਾ ਵੀ ਆਹ ਸਫਾਈਆਂ ਹੋ ਜਾਣ? ਚਾਹੀਦੀ ਵੀ ਆ, ਸਫਾਈ ਹੋਣੀ ਵੀ ਚਾਹੀਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਾਡੇ ਪਿੰਡ ਦੇ ਸਰਪੰਚ ਸਾਹਿਬ ਆਹ ਤੁਹਾਡੇ ਸਾਹਮਣੇ ਖੜੇ। ਮੈਂ ਹੀ ਆ ਪੁੱਤਰ ਜੀ, ਮੈਂ ਤੁਹਾਡੇ ਸਕੂਲ ਦੀ ਨਵੀਂ ਮਾਸਟਰਾਣੀ ਲੱਗੀ ਹਾਂ। ਅੱਛਾ ਅੱਛਾ, ਮੈਂ ਹੁਣ ਸਮਝਿਆ ਕਿ ਤੁਸੀਂ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਨਵੇਂ ਭੈਣ ਜੀ ਆਏ ਹੋ। ਹਾਂਜੀ ਜੀ, ਮੈਂ ਤੁਹਾਡੇ ਪਿੰਡ ਵਿੱਚ ਹੀ ਰਹਾਂਗੀ, ਤੁਸੀਂ ਕਿਰਪਾ ਕਰਕੇ ਮੈਂ ਰਹਿਣ ਦਾ ਬੰਦੋਬਸਤ ਕਰ ਦਿਓਗੇ? ਠੀਕ ਹੈ ਪੁੱਤਰ। ਉਹ ਵੀ ਚੌਂਕੀਦਾਰਾ, ਉਹ ਆ ਇੱਧਰ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਚੌਂਕੀਦਾਰਾ, ਇਹ ਆਪਣੇ ਪਿੰਡ ਦੇ ਸਕੂਲ ਦੇ ਵਿੱਚ ਨਵੇਂ ਭੈਣ ਜੀ ਆਏ ਨੇ,
ਠੀਕ ਹੈ ਸਰਪੰਚ ਸਾਹਿਬ, ਤੇ ਨਾਲੇ ਇਹਨਾਂ ਦਾ ਰਹਿਣ ਦਾ ਪ੍ਰਬੰਧ ਵੀ ਸਕੂਲੇ ਕਰਨਾ ਜੀ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਧੀਏ। ਸਤਿ ਸ਼੍ਰੀ ਅਕਾਲ ਜੀ। ਪੁੱਤਰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਨਾ, ਆ ਚੌਂਕੀਦਾਰ ਦੇ ਕੋਲੋਂ ਮੰਗਵਾ ਲੈਣੀ। ਹੋਰ ਵੇ ਸਰਪੰਚਾ, ਅੱਜ ਕੀ ਮੀਟਿੰਗਾਂ ਹੋ ਰਹੀਆਂ ਨੇ? ਉਹ ਅਸੀਂ ਤਾਂ ਕੋਈ ਮੀਟਿੰਗਾਂ ਨਹੀਂ ਕਰ ਰਹੇ, ਇਹ ਆਪਣੇ ਸਕੂਲ ਦੇ ਵਿੱਚ ਨਵੇਂ ਭੈਣ ਜੀ ਆਏ ਨੇ। ਅੱਛਾ, ਇਹ ਨਵੇਂ ਆਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆ ਚੰਗਾ ਸਰਪੰਚ ਸਾਹਿਬ, ਫਿਰ ਮਿਲਦੇ ਹਾਂ। ਚਲੋ ਮੁੰਡਿਓ, ਫਿਰ ਮਿਲ ਗਿਆ ਆਪਾਂ। ਦੇਖ ਪੁੱਤਰ, ਇਹ ਸਾਡੇ ਪਿੰਡ ਦਾ ਬਦਮਾਸ਼ ਪਾਲਾ ਸਿਉ, ਇਹਨੂੰ ਬਿਲਕੁਲ ਮੂੰਹ ਨਾ ਲਾਈ। ਸਰਪੰਚ ਸਾਹਿਬ ਤੁਸੀਂ ਫਿਕਰ ਨਾ ਕਰੋ, ਮੈਂ ਇਹਨੂੰ ਮੂੰਹ ਲਾਣਾ ਤੇ ਇੱਕ ਪਾਸੇ, ਸਕੂਲ ਵਿੱਚ ਬੜਨ ਤੱਕ ਨਹੀਂ ਦਿਆਂਗੀ। ਠੀਕ ਹੈ ਠੀਕ ਹੈ, ਚੌਂਕੀਦਾਰਾ ਅੱਜ ਤੋਂ ਬਾਅਦ ਤੂੰ ਵੀ ਸਕੂਲ ਦੇ ਵਿੱਚ ਹੀ ਆਵੇਂ ਰਹੇਗਾ। ਠੀਕ ਹੈ ਸਰਪੰਚ ਸਾਹਿਬ, ਅੱਜ ਤੋਂ ਬਾਅਦ ਮੈਂ ਵੀ ਸਕੂਲੇ ਰਹੂੰਗਾ, ਨਾਲੇ ਹੁਣ ਘਰ ਵਿੱਚ ਕਿਹੜਾ ਕੋਈ ਪੁੱਛਦਾ। ਠੀਕ ਆ। ਸਰਪੰਚ ਸਾਹਿਬ, ਇਹ ਕੰਜਰ ਦੀ ਅਣਤ ਬਹੁਤ ਹੀ ਪਿੰਡ ਵਿੱਚ ਖੱਪ ਆਈ ਹੋਈ ਆ। ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਆਪਾਂ ਸਾਰੇ ਨਗਰ ਦੇ ਲੋਕ ਰਲ ਕੇ ਇਹਨਾਂ ਦਾ ਪ੍ਰਬੰਧ ਕਰਾਂਗੇ। ਚਾਹੀਦਾ ਵੀ ਆ, ਨਹੀਂ ਤਾਂ ਇਹ ਤਾਂ ਜਣੇ ਖਣੇ ਨੂੰ ਛੇੜਦੇ ਆ, ਪਿੰਡ ਦੇ ਵਿੱਚ ਧੀਆਂ ਭੈਣਾਂ ਦਾ ਜੀਣਾ ਹਰਾਮ ਕੀਤਾ ਆ। ਕੋਈ ਫਿਕਰ ਨਾ ਕਰੋ, ਆਪਾਂ ਸਾਰਾ ਕੁਛ ਸੋਚਾਂਗੇ ਇਸ ਬਾਰੇ। ਬਾਲ ਕੋ ਪਿਆਰਿਓ, ਉਡਾਏ
ਹਾਏ ਓਏ ਰੱਬਾ, ਚੱਕ ਲਾ ਮੈਨੂੰ, ਇੱਥੇ ਵੀ ਕਿਹੜਾ ਮੈਂ ਕੋਠੇ ਢਾਈ ਜਾਂਦਾ, ਘਰ ਸਿੜੀ ਸੀ ਆਪਾਂ ਵਿੱਚੋਂ ਖਤਮ। ਉਹ ਚੌਂਕੀਦਾਰਾ, ਉਹ ਇੱਥੇ ਬੈਠਾ ਕਿਹਦੇ ਨਾਲ ਗੱਲਾਂ ਕਰੀ ਜਾਂਦਾ, ਉਹ ਕਿਤੇ ਸਾਡੀ ਚਾਚੀ ਦੀ ਯਾਦ ਨਹੀਂ ਆ ਗਈ ਤੈਨੂੰ? ਉਹਦੀ ਯਾਦ ਪਈ ਆਉਂਦੀ ਏ, ਆਪ ਤਾਂ ਕੰਜਰ ਦੇ ਤੁਰ ਗਏ ਅੱਧ ਜਹਾਨ ਨੂੰ, ਸੌਖੀ ਹੋ ਗਈ ਤੇ ਮੈਨੂੰ ਛੱਡ ਗਏ ਦੁੱਖਾਂ ਨੂੰ ਰੋਣ ਨੂੰ। ਉਹ ਦੁੱਖ ਬਈ, ਤੈਨੂੰ ਕਾਹਦਾ ਦੁੱਖ ਆ? ਦੁੱਖੇ ਦੁੱਖ ਨੇ ਸਰਦਾਰਾ, ਦੁੱਖ ਇੱਕ ਹੋਵੇ ਤਾਂ ਦੱਸਾਂ, ਤੈਨੂੰ ਤਾਂ ਪਤਾ ਹੀ ਆ ਆ ਜਵਾਨੀ ਵਿੱਚ ਬਲਦਾਂ ਵਾਂਗੂ ਕੰਮ ਕੀਤਾ ਕੀਤਾ, ਮੁੰਡਿਆਂ ਨੂੰ ਪੜ੍ਹਾਇਆ ਲਿਖਾਇਆ ਪੜ੍ਹਾਇਆ ਲਿਖਾਇਆ, ਚੰਗੇ ਕੰਮ ਧੰਦੇ ਲਾਇਆ ਲਾਇਆ, ਪਰ ਸਰਦਾਰ ਜੀ ਕੀਤੇ ਦੀ ਕੋਈ ਕਦਰ ਜਾਣੇ ਤਾਂ ਨਾ, ਮੈਂ ਤਾਂ ਘਰ ਵਿੱਚ ਇੱਕ ਉਸ ਪੱਥਰ ਬਾਂ ਗਿਆ ਕਿ ਠੋਕਰ ਮਾਰੋ ਇੱਧਰ ਤੇ ਠੋਕਰ ਮਾਰੋ ਇੱਧਰ। ਹੋ ਚੌਕੀਦਾਰਾ, ਤੂੰ ਠੋਕਰਾਂ ਤੋਂ ਡਰਦਾ ਮਾਰਾ ਸਕੂਲੇ ਆ ਬੈਠਦਾ ਏ? ਹਾਂ ਸਰਦਾਰਾ, ਇੱਥੇ ਸਕੂਲ ਵਿੱਚ ਆ ਕੇ ਥੋੜਾ ਦਿਲ ਨੂੰ ਸਕੂਨ ਜਿਹਾ ਮਿਲਦਾ, ਉੱਥੇ ਘਰ ਵਿੱਚ ਕੀ ਆ ਉਹ ਪਤਾ ਨਹੀਂ ਕੰਜਰ ਦੇ ਕਿੱਥੋਂ ਇੱਕ ਜੱਤਰ ਜੇ ਕੁੱਤੀ ਚੱਕ ਲਿਆ, ਸਾਰਾ ਟੱਬਰ ਸਾਰੀ ਦਿਹਾੜੀ ਉਹਦੇ ਦੁਆਲੇ ਲੱਗਾ ਰਹਿੰਦਾ, ਉਹ ਪੂਛ ਪੂਛ ਕਰਦਾ ਇੱਧਰ ਪੂਛ ਪੂਛ ਕਰਦਾ ਇੱਧਰ। ਜੇ ਸਹੀ ਪੁੱਛੇ ਸਰਦਾਰਾ, ਅੱਜ ਕੱਲ੍ਹ ਸਿਆਣੇ ਬੰਦੇ ਦੀ ਘਰ ਵਿੱਚ ਕੋਈ ਪੁੱਛ ਦੱਸ ਨਹੀਂ, ਕੋਈ ਪੁੱਛ ਦੱਸ ਨਹੀਂ। ਤੁਸੀਂ ਦੱਸੋ ਸਰਦਾਰ ਜੀ, ਅੱਜ ਕਿਵੇਂ ਸਕੂਲ ਵੱਲ ਗੇੜਾ ਮਾਰਿਆ? ਉਹ ਚੌਂਕੀਦਾਰਾ, ਉਹ ਤੇਰੀ ਮਾਸਟਰਾਣੀ ਨਹੀਂ ਆਈ? ਨਾ ਸਰਦਾਰ ਜੀ, ਮਾਸਟਰਾਣੀ ਨਾਲ ਕੰਮ ਆ ਕੋਈ ਤੁਹਾਨੂੰ? ਉਹ ਕੰਮ ਕੁੰਮ ਤਾਂ ਕੀ ਆ ਚੌਂਕੀਦਾਰਾ, ਆ ਬਸ ਆ ਮੈਂ ਕਿਹਾ ਦਰਸ਼ਨ ਬਰਸ਼ਨ ਕਰੇ ਆਈਏ। ਦਰਸ਼ਨ ਬਰਸ਼ਨ? ਮੈਂ ਸਮਝਿਆ ਨਹੀਂ ਸਰਦਾਰ ਜੀ। ਬਈ ਸੋਹਣੀ ਚੀਜ਼ ਆ, ਆ ਤੈਨੂੰ ਤਾਂ ਪਤਾ ਹੀ ਆ ਸੋਹਣੀਆਂ ਚੀਜ਼ਾਂ ਦੇ ਅਸੀਂ ਪਹਿਲੇ ਬੜੇ ਸ਼ੌਕੀਨ ਹੁੰਦੇ ਹਾਂ। ਉਹ ਤਾਂ ਜੀ ਤਿੰਨਾਂ ਪੀੜ੍ਹੀਆਂ ਤੋਂ ਵਾਕਦੇ ਹਾਂ ਤੁਹਾਡੇ। ਕੀ ਮਤਲਬ? ਕੁਛ ਨਹੀਂ ਕੁਛ ਨਹੀਂ ਸਰਦਾਰ ਜੀ, ਮੈਂ ਕਿਹਾ ਆਉਂਦੇ ਹੁਣੇ ਆ ਮਾਸਟਰਾਣੀ। ਕੀ ਗੱਲ ਕਰਨੀ ਹੈ ਚਾਚਾ ਜੀ ਨੇ? ਹਾਂ ਧੀਏ, ਆ ਉੱਚੀ ਪੱਟੀ ਵਾਲਾ ਸਰਦਾਰ ਪਾਲਾ ਸਿੰਘ ਆ, ਇਹਨੂੰ ਤੇਰੇ ਨਾਲ ਕੋਈ ਕੰਮ ਆ। ਕੀ ਗੱਲ ਚਾਚਾ, ਇਹਨੇ ਕੋਈ ਜਵਾਕ ਸਕੂਲੇ ਦਾਖਲ ਕਰਾਉਣਾ? ਓ ਧੀਏ, ਇਹ ਤਾਂ ਆਪੇ ਸਕੂਲ 'ਚ ਦਾਖਲ ਹੋਣ ਨੂੰ ਫਿਰਦਾ। ਆ ਮਾਸਟਰਾਣੀ, ਜੇ ਤੇਰੀ ਥੋੜ੍ਹੀ ਜਿਹੀ ਮਿਹਰਬਾਨੀ ਹੋ ਜਾਵੇ ਤਾਂ। ਕੀ ਗੱਲ ਸਰਦਾਰਾ, ਪਹਿਲਾਂ ਤੂੰ ਪੜ੍ਹਾਈ ਨਹੀਂ ਸੀ ਕੀਤੀ? ਮਾਸਟਰਾਣੀ, ਉਹ ਪੜ੍ਹਾਈਆਂ ਤਾਂ ਬਹੁਤ ਪਿੱਛੇ ਰਹਿ ਗਈਆਂ, ਹੁਣ ਤੂੰ ਨਵੀਂ ਪੜ੍ਹਾਈ ਦੀ ਗੱਲ ਕਰ। ਜੇ ਇਹੀ ਗੱਲ ਹੈ ਸਰਦਾਰਾ, ਕੱਲ੍ਹ ਨੂੰ ਆਪਣੀ ਮਾਂ ਨੂੰ ਸਕੂਲ ਨਾਲ ਲੈ ਕੇ ਆਈ। ਮਾਂ? ਮਾਂ ਨੂੰ ਕਿਉਂ? ਜਵਾਕਾਂ ਨੂੰ ਸਕੂਲ ਦਾਖਲ ਕਰਾਉਣ ਮਾਵਾਂ ਆਉਂਦੀ ਸਰਦਾਰਾ? ਆਹੋ ਸਰਦਾਰ ਜੀ, ਨਹੀਂ ਤਾਂ ਤੁਹਾਡੇ ਵਰਗੇ ਜਵਾਕ ਦਾ ਕਿਸੇ ਨੇ ਕੀ ਫੜ ਲੈਣਾ। ਓ ਚੌਂਕੀਦਾਰਾ, ਉਹ ਤੇਰੀ ਮਾਸਟਰਾਣੀ ਬੜਾ ਤਿੱਖਾ ਬੋਲਦੀ ਆ। ਉਹ ਤਾਂ ਬੋਲਦੀ ਆ ਬਈ ਸਰਦਾਰ ਜੀ, ਓਏ ਉਹਨੂੰ ਸਾਡੀ ਤਾਕਤ ਦਾ ਨਹੀਂ ਪਤਾ ਬਈ ਅਸੀਂ ਕੌਣ ਹੁੰਦੇ ਆ। ਤੁਸੀਂ ਜ਼ੋਰਾਵਰ ਹੁੰਦੇ ਆ ਜੀ, ਤੁਹਾਤੋਂ ਸਾਰਾ ਇਲਾਕਾ ਡਰਦਾ। ਓ ਚੌਕੀਦਾਰਾ, ਓ ਤੂੰ ਮੇਰੀ ਤਾਰੀਫ ਕਰ ਰਿਹਾ ਜਾਂ ਬੇਇੱਜ਼ਤੀ? ਬੇਇੱਜ਼ਤੀ ਕਾਹਦੀ ਸਰਦਾਰ ਜੀ, ਜ਼ੋਰਾਵਰ ਬਣਨਾ ਕੋਈ ਸੌਖੀ ਗੱਲ ਆ? ਕੋਈ ਹਿੰਮਤ ਵਾਲਾ ਬਣ ਸਕਦਾ ਮੇਰੇ ਵਰਗਾ ਮਾਤੜ ਤਾਂ ਨਹੀਂ? ਓ ਠੀਕ ਆ ਠੀਕ ਆ, ਬਾਲਾਂ ਨੂੰ ਬੋਲਿਆ ਕਰ। ਪਤੰਦਰ ਦਾ ਨਾ ਹੋਵੇ ਤਾਂ। ਪਿੰਡ ਵਿੱਚ ਜਿਹੜੀ ਨਵੀਂ ਕਬੂਤਰੀ ਆਈ ਹੈ ਬੜਾ ਫੜ ਫੜਾਉਂਦੀ ਹੈ ਯਾਰ। ਕਿਹੜੀ ਕਬੂਤਰੀ? ਉਹੀ ਜਿਹੜੀ ਪਿੰਡ ਵਿੱਚ ਨਵੀਂ ਮਾਸਟਰ ਨਹੀਂ ਆਈ ਆ। ਉਹ ਯਾਰ, ਉਹਦੇ ਬਾਰੇ ਕੁਝ ਨਹੀਂ ਕਹਿਣਾ, ਉੱਤੇ ਆਪਣੇ ਸਰਦਾਰ ਪਾਲਾ ਸਿੰਘ ਦਾ ਦਿਲ ਆ ਗਿਆ ਆ। ਰਾਤੀ ਅੱਖੀਆਂ ਚ ਨੀਂਦ ਨਾ ਆਈ।
ਅੱਖੀਆਂ ਚ ਨੀਂਦ ਨਾ ਆਈ ਨੀ ਜਾਗ ਜਾਗ ਰਾਤ ਕੱਟੀਏ ਨੀਂਦ ਨਾ ਆਈ ਨੀ ਜਾਗ ਜਾਗ ਰਾਤ ਕੱਟੀਏ ਰਾਤੀ ਅੱਖੀਆਂ ਚ ਨੀਂਦ ਨਾ ਆਈ ਨੀ ਜਾਗ ਜਾਗ ਰਾਤ ਕੱਟੀਏ ਰਾਤੀ ਅੱਖੀਆਂ ਚ ਨੀਂਦ ਨਾ ਆਈ ਨੀ ਜਾਗ ਜਾਗ ਰਾਤ ਕੱਟੀਏ ਰਾਤੀ ਅੱਖੀਆਂ ਚ ਨੀਂਦ ਨਾ ਆਈ ਨੀ ਜਾਗ ਜਾਗ ਰਾਤ ਕੱਟੀਏ ਆ ਦਿਨੇ ਸੁਪਨੇ ਦੇਖੀਏ ਨਾ ਸਰਦਾਰਾ ਪੈਗ ਚੱਕੋ ਮਾਸਟਰਾਣੀ ਬੜੀ ਸਿਆਣੀ ਕੁੜੀ ਹੈ ਆਪਣੇ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਂਦੀ ਲਿਖਾਉਂਦੀ ਹੈ ਉਹਨੂੰ ਸਤਾ ਕੇ ਤੁਹਾਨੂੰ ਕੀ ਮਿਲਦਾ ਉਹ ਮਿਲਣਾ ਮੁਲਣਾ ਕੀ ਆ ਚੌਕੀਦਾਰਾ ਬਸ ਐਵੇਂ ਸਾਲਾ ਸਵਾਦ ਜਿਹਾ ਆ ਜਾਊ ਸਵਾਦ ਮੈਂ ਸਮਝਿਆ ਨੀ ਸਰਦਾਰਾ ਉਹ ਕੁੜੀ ਸੋਹਣੀ ਹੋਵੇ ਸੁਨੱਖੀ ਹੋਵੇ ਤੇ ਆਕੜ ਕੇ ਤੁਰਦੀ ਹੋਵੇ ਇੱਕ ਦਿਨ ਪਿੰਡ ਦੇ ਸਰਦਾਰ ਪਾਲਾ ਸਿੰਘ ਦੇ ਪੈਰਾਂ ਵਿੱਚ ਡਿੱਗੀ ਹੋਵੇ ਇਸ ਤੋਂ ਵਧੀਆ ਨਜ਼ਾਰਾ ਹੋਰ ਕੀ ਹੋ ਸਕਦਾ ਹੈ ਚੌਂਕੀਦਾਰਾ ਪਰ ਹੋ ਸਕਦਾ ਸਰਦਾਰ ਜੀ ਇਹ ਬਾਜੀ ਪੁੱਠੀ ਪੈ ਜਾਵੇ ਕੀ ਮਤਲਬ ਮਤਲਬ ਕੁੜੀ ਸੋਹਣੀ ਹੋਵੇ ਸੁਨੱਖੀ ਹੋਵੇ ਤੇ ਆਕੜ ਕੇ ਤੁਰਦੀ ਹੋਵੇ ਇਲਾਕੇ ਦਾ ਖੱਬੀ ਖਾਨ ਸਰਦਾਰ ਪਾਲਾ ਸਿੰਘ ਉਹਦੇ ਪੈਰਾਂ 'ਚ ਡਿੱਗਿਆ ਹੋਵੇ ਓ ਚੌਕੀਦਾਰਾ ਤੂੰ ਸਾਡੀ ਤਾਕਤ ਨੂੰ ਨਹੀਂ ਜਾਣਦਾ ਜੇ ਕਿਸੇ ਬੈਰੀ ਦੇ ਪਿੰਡ ਵਿੱਚ ਬੈਰ ਪਾਉਣਾ ਹੋਵੇ ਨਾ ਉਹ ਸਭ ਤੋਂ ਪਹਿਲਾਂ ਸਾਨੂੰ ਪੁੱਛਦਾ ਹੈ ਜੇ ਕਿਸੇ ਪੁਲਿਸ ਵਾਲੇ ਦੇ ਪਿੰਡ ਵਿੱਚ ਕਾਰਵਾਈ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਸਾਡੇ ਕੰਨੀ ਕੱਢਦਾ ਹੈ
ਤੇ ਤੇਰੀ ਉਹ ਮਾਸਟਰਾਣੀ ਉਹ ਮੇਰੇ ਸਾਹਮਣੇ ਆਕੜ ਕੇ ਇੱਦਾਂ ਖੜਦੀ ਆ ਆ ਜਿਵੇਂ ਮੈਨੂੰ ਕਹਿ ਰਹੀ ਹੋਵੇ ਹਮ ਕਿਸੀ ਕੀ ਕਿਆ ਪਰਵਾਹ ਕਰਤੇ ਹੈ। ਓ ਚਲੋ ਸਰਦਾਰ ਜੀ ਗੁੱਸਾ ਨਾ ਕਰੋ, ਸ਼ਹਿ ਤਾਂ ਉਹਨੂੰ ਕਿਸੇ ਦੀ ਸ਼ਹਿ ਹੋਵੇ। ਉਹ ਸ਼ਹਿ ਸ਼ੁਕਾ ਦੀ ਆ ਚੌਕੀਦਾਰਾ, ਉਹ ਹੁਸਨ ਦਾ ਮਾਣ ਕਰਦੀ ਆ, ਉਹਨੂੰ ਇਹ ਨਹੀਂ ਪਤਾ ਬੇ ਪਾਲਾ ਸਿੰਘ ਸਰਦਾਰ ਨੇ ਇਹੋ ਜਿਹਾ ਬਹੁਤ ਖਾਧੀਆਂ ਪੀਤੀਆਂ ਨੇ। ਆਹੋ ਉਹਦਾ ਤੁਹਾਡੇ ਤਿੰਨਾਂ ਪੀੜ੍ਹੀਆਂ ਤੋਂ ਵਾਕਬਿਆ ਮੈਂ। ਉਹ ਸਮਝਾ ਰਹੀ ਆਪਣੀ ਮਾਸਟਰਾਣੀ ਨੂੰ ਕਿ ਮੇਰੇ ਨਾਲ ਪੰਗਾ ਨਾ ਲਵੇ ਕਿਉਂਕਿ ਮੇਰੇ ਹੱਥ ਬਹੁਤ ਲੰਬੇ ਨੇ, ਬਹੁਤ ਲੰਬੇ ਨੇ ਹੱਥ ਮੇਰੇ, ਬਹੁਤ ਲੰਬੇ ਨੇ ਹੱਥ ਮੇਰੇ। ਚਲੋ ਮੁੰਡਿਓ ਸਮਝਾ ਦਿਓ ਉਹਨੂੰ, ਪਤਾ ਲੱਗ ਗਿਆ। ਆਹੋ ਬਾਹਾਂ ਲੰਮੀਆਂ ਕਰਕੇ ਤਦੇ ਇੱਧਰ ਉੱਧਰ ਹੱਥ ਮਾਰੀ ਜਾਂਦੇ ਆ। ਉਹ ਸਾਲਿਓ ਜਿੱਦਣ ਕੋਈ ਬਰਾਬਰ ਦਾ ਟੱਕਰ ਗਿਆ ਤਾਂ ਇਹ ਹੱਥ ਛੋਟੇ ਹੁੰਦਿਆਂ ਟਾਈਮ ਨਹੀਂ ਲੱਗਣਾ ਸਾਲਾ ਹੱਥ ਲੰਬੇ ਦਾ। ਆ ਬਾਪੂ ਜੀ ਆ ਪੁੱਤਰਾ ਕੀ ਗੱਲ ਆ, ਆ ਜਰਾ ਥੋੜਾ ਖਰਚਾ ਪਾਣੀ ਤਾਂ ਦਿਓ। ਓਏ ਪੁੱਤਰਾ ਤੈਨੂੰ ਮੇਰੇ ਹੁੰਦਿਆਂ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ, ਉਹ ਜ਼ਿੰਦਗੀ ਦਾ ਆਨੰਦ ਲੈ ਆਨੰਦ, ਬੱਕਰੇ ਬਲਾ ਬੱਕਰੇ। ਆ ਬਾਪੂ ਜੀ ਤੁਹਾਡੇ ਹੁੰਦਿਆਂ ਕਹਦਾ ਫਿਕਰ ਆ, ਜਿੱਦਾਂ ਮੈਂ ਬਦਮਾਸ਼ੀ ਰੱਖੀ ਹੈ ਨਾ ਪਿੰਡ 'ਚ ਇਸੇ ਤਰ੍ਹਾਂ ਬਦਮਾਸ਼ੀ ਚਾਹੀਦੀ ਹੈ ਤੇਰੀ ਵੀ। ਆ ਚੰਗਾ ਬਾਪੂ ਮੈਂ ਚੱਲਦਾ ਹੁਣ। ਉਹ ਮੇਰੀ ਗੱਲ ਸੁਣ, ਦੋ ਕੁ ਪੇਟੀਆਂ ਦਾਰੂ ਦੀਆਂ ਵੀ ਲੈ ਆਈ, ਨਾਲੇ ਮੁਰਗੇ ਛੁਰਗੇ ਵੀ ਲੈ ਆਈ। ਆ ਬਾਪੂ ਜੀ ਫਿਕਰ ਨਾ ਕਰੋ, ਮੈਂ ਪੰਜ ਸੱਤ ਪੇਟੀਆਂ ਲੈਂਦਾ ਸ਼ਹਿਰੋਂ, ਟੈਕ ਸ਼ੈਕ ਆ ਕੇ ਲਾਵੀ ਫਿਰ ਮੇਰੇ ਨਾਲ ਲੈ ਖਾਂਗੇ। ਚੰਗਾ ਬਾਪੂ ਹਾਂ ਠੀਕ ਆ ਚੱਲਦਾ ਹੁਣ ਮੈਂ। ਚੰਗਾ ਫਿਰ ਅਨਪੜ੍ਹ ਔਰਤਾਂ ਨੂੰ ਇੱਕ ਘੰਟਾ ਮੁਫ਼ਤ ਪੜ੍ਹਾਇਆ ਕਰਨਗੇ, ਇਸ ਕਰਕੇ ਤੁਸੀਂ ਇਹਨਾਂ ਦਾ ਵੱਧ ਤੋਂ ਵੱਧ ਲਾਭ ਲੈਣਾ। ਸੁਣ ਲਿਆ ਬੀਬੀ ਉਹ ਸਾਰੀਆਂ ਨੇ, ਬਿਸ਼ਨੀ ਤੈਂ ਵੀ ਸੁਣ ਲਿਆ ਬਈ। ਦੇਖੋ ਸਾਰੇ ਆਪਣੇ ਦਿਨ ਦੇ ਕੰਮ ਦੇ ਵਿੱਚੋਂ ਇੱਕ ਘੰਟਾ ਟਾਈਮ ਕੱਢ ਕੇ ਇਹ ਭੈਣ ਜੀ ਉਹਨਾਂ ਦੇ ਕੋਲ ਆਓ ਤਾਂ ਕਿ ਤੁਹਾਡੀ ਅਨਪੜ੍ਹਤਾ ਦੂਰ ਹੋ ਸਕੇ। ਇਹ ਬਹੁਤ ਵੱਡਾ ਪਰਉਪਕਾਰ ਕਰ ਰਹੇ ਨੇ। ਚੰਗਾ ਸਤਿ ਸ਼੍ਰੀ ਅਕਾਲ। ਇਹਨਾਂ ਕੰਜਰਾਂ ਨੇ ਤਾਂ ਪਿੰਡ ਵਿੱਚ ਅੱਤ ਚੁੱਕੀ ਹੋਈ ਆ, ਕੀ ਇਹਨਾਂ ਦੀਆਂ ਘਰੀ ਧੀਆਂ ਭੈਣਾਂ ਨੀ ਫਿਰਦੇ ਆ ਗੱਡੀਆਂ 'ਚ ਸ਼ਰਮ ਦਾ ਘਰ ਆ ਇਹਨਾਂ ਨੂੰ ਕੰਜਰਾਂ ਤੇ ਇਹ ਕੰਡੇ ਬੋਰਾ ਨੀ ਸ਼ਰਮ ਹੈਗੀ ਗੜੀ ਗੜੀ ਫਿਰਦੇ ਆ ਕੰਜਰ ਨੀਚੇ ਨਾ ਹੋਣ ਦਾ। ਇਹ ਗੁੰਡੇ ਬਦਮਾਸ਼ ਨੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਆ ਇਹਨਾਂ ਦੀਆਂ ਘਰ ਧੀਆਂ ਭੈਣਾਂ ਹੈ ਨੀ ਉਹਨਾਂ ਨੇ ਗੀਤ ਸੁਣਾਉਣ ਕੰਦੇ ਕਰਦੇ। ਚਾਚਾ ਜੀ ਤੁਸੀਂ ਕਿੱਥੇ ਚਲੇ ਗਏ ਸੀ, ਮੈਂ ਤਾਂ ਘਬਰਾਈ ਗਈ ਸੀ, ਨਾ ਜਾਣੇ ਚਾਚਾ ਕਿੱਥੇ ਚਲਾ ਗਿਆ। ਹਾਂ ਜਾਣਾ ਕਿੱਥੇ ਸੀ ਧੀਏ, ਆ ਘੁੰਮਣ ਫਿਰਨ ਗਿਆ ਸੀ, ਆ ਰਸਤੇ 'ਚ ਪਾਲਾ ਟੱਕਰ ਗਿਆ, ਬਸ ਉਹਨੇ ਕੰਜਰ ਦੇ ਨੇ ਮੇਰਾ ਟਾਈਮ ਖਰਾਬ ਕਰ ਦਿੱਤਾ, ਹੁਣ ਨੂੰ ਤਾਂ ਮੈਂ ਕਦਾਂ ਦਾ ਆ ਜਾਣਾ ਸੀ ਧੀਏ। ਨਾ ਚਾਚਾ ਕੀ ਕਹਿੰਦਾ ਸੀ ਸਰਦਾਰ ਪਾਲਾ। ਛੱਡ ਧੀਏ ਇਹ ਬੜਾ ਖਾਨਦਾਨੀ ਬੇਸ਼ਰਮ ਬੰਦਾ ਏ। ਖਾਨਦਾਨੀ ਬੇਸ਼ਰਮ ਮੈਂ ਕੁਝ ਸਮਝੀ ਨਹੀਂ ਚਾਚਾ। ਧੀਏ ਤਿੰਨਾਂ ਪੀੜ੍ਹੀਆਂ ਤੋਂ ਬੈਰ ਪਾਉਣਾ ਇਹਨਾਂ ਕੰਜਰਾਂ ਦਾ ਖਾਨਦਾਨੀ ਪੇਸ਼ਾ ਆ। ਬੈਰ ਪਾਉਣਾ ਉਹ ਕਿਵੇਂ ਚਾਚਾ? ਆ ਪਹਾੜਾਂ 'ਚੋਂ ਤੀਮੀਆਂ ਖਰੀਦ ਲਿਆਉਣੀਆਂ, ਬੰਬਈ ਜਾਂ ਕਲਕੱਤੇ ਦੇ ਬਾਜ਼ਾਰ ਵਿੱਚ ਵੇਚ ਆਉਣੀਆਂ, ਇਹਨਾਂ ਕੰਜਰਾਂ ਦਾ ਖਾਨਦਾਨੀ ਪੇਸ਼ਾ ਆ।
ਇਹ ਗੱਲ ਚਾਚਾ ਸਰਦਾਰਾਂ ਨੂੰ ਸੋਭਾ ਨਹੀਂ ਦਿੰਦੀ। ਇਹ ਗੱਲ ਤਾਂ ਲੁੱਚੇ ਲਫੰਗੇ ਬਦਮਾਸ਼ ਕਰਦੇ ਆ। ਸਰਦਾਰ ਤਾਂ ਧੀਆਂ ਭੈਣਾਂ ਦੀ ਰਾਖੀ ਕਰਦੇ ਆ। ਰਾਖੀ ਪਰ ਧੀਏ, ਉਹ ਸਰਦਾਰ ਹੋਰ ਸੀ ਜਿਹੜੇ ਧੀਆਂ ਭੈਣਾਂ ਦੀ ਰਾਖੀ ਕਰਦੇ ਸੀ। ਇਹ ਉਹ ਸਰਦਾਰ ਆ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਨੂੰ ਹੱਥ ਪਾਉਂਦੇ ਆ। ਚਾਚਾ ਤੂੰ ਫਿਕਰ ਨਾ ਕਰ, ਇਹਨਾਂ ਨਾਲ ਤਾਂ ਮੈਂ ਦੋ ਹੱਥ ਕਰਾਂਗੀ। ਧੀਏ, ਇਹ ਕੀ ਮੈਂ ਤੇਰੇ ਮੂੰਹੋਂ ਸੁਣ ਰਿਹਾ? ਹਾਂ ਚਾਚਾ, ਜੋ ਤੂੰ ਸੁਣਿਆ ਠੀਕ ਹੀ ਸੁਣਿਆ। ਪਰ ਧੀਏ, ਤੈਨੂੰ ਇੰਨਾ ਚਿਰ ਹੋਇਆ ਸਾਡੇ ਪਿੰਡ ਵਿੱਚ ਆਈ ਨੂੰ, ਤੂੰ ਆਪਣੇ ਬਾਰੇ ਤਾਂ ਮੈਨੂੰ ਦੱਸ। ਇਹ ਜਾਣਨਾ ਚਾਚਾ ਜ਼ਰੂਰੀ ਤਾਂ ਨਹੀਂ। ਧੀਏ, ਜੇ ਤੂੰ ਮੈਨੂੰ ਆਪਣਾ ਚਾਚਾ ਸਮਝਦੀ ਹੈ ਤਾਂ ਮੈਨੂੰ ਆਪਣੇ ਬਾਰੇ ਦੱਸ, ਆਪਣੇ ਮਾਂ ਬਾਪ ਬਾਰੇ ਦੱਸ। ਚਾਚਾ, ਜੇ ਤੂੰ ਪੁੱਛਣ ਹੀ ਲੱਗਿਆ ਤਾਂ ਸੁਣ, ਮੈਂ ਇਸ ਪਿੰਡ ਦੀ ਦੋਤੀ ਤੇ ਕਰਮਾਂ ਦੀ ਮਾਰੀ ਬੇਗਮੋ ਦੀ ਧੀ ਹੈ ਚਾਚਾ, ਧੀ ਹੈ। ਹੈਂ, ਤੂੰ ਬੇਗਮੋ ਦੀ ਧੀ ਹੈ? ਧੀਏ, ਮੈਨੂੰ ਬੇਗਮੋ ਬਾਰੇ ਦੱਸ, ਉਹ ਕਿੱਥੇ ਹੈ? ਉਹ ਤਾਂ ਚਾਚਾ ਰੱਬ ਨੂੰ ਪਿਆਰੀ ਹੋ ਗਈ। ਪਰ ਚਾਚਾ, ਮੈਂ ਆਪਣੀ ਮਾਂ ਦਾ ਬਦਲਾ ਲੈਣ ਆਈ ਹੈ। ਮੇਰੇ ਸੀਨੇ ਵਿੱਚ ਬਦਲੇ ਦੇ ਪਾਂਬੜ ਬਲ ਰਹੇ ਪਾਂਬੜ। ਧੀਏ, ਇਸ ਤਰ੍ਹਾਂ ਤਾਂ ਲੜਾਈ ਵਾਲੀ ਗੱਲ ਹੋ ਜਾਊ। ਨਾ ਚਾਚਾ, ਇਹ ਲੜਾਈ ਨਹੀਂ, ਇੱਕ ਜੰਗ ਹੈ ਤੇ ਇਹ ਜੰਗ ਮੈਂ ਲੜਾਂਗੀ। ਨਾ ਨਾ ਧੀਏ, ਨਾ 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 ਨਾ। ਤੇਰਾ ਚਾਚਾ ਚੌਕੀਦਾਰ, ਉਹ ਤਾਂ ਹੈ ਜਿੱਥੇ, ਉਹ ਨਾਲੇ ਕਹਿੰਦਾ ਸੀ ਬਈ ਤੂੰ ਕਿਸੇ ਜੰਗ ਦੀ ਤਿਆਰੀ ਕਰ ਰਹੀ ਹੈ। ਹਾਂ ਸਰਦਾਰਾ, ਮੈਂ ਇੱਜ਼ਤ ਨਾਲ ਜਿਉਣ ਦੀ ਜੰਗ ਲੜਾਂਗੀ। ਇਹ ਉਹ ਜੰਗ ਹੈ ਜਿਹੜੀ ਨੇਕੀ ਅਤੇ ਬਦੀ ਵਿਚਕਾਰ ਲੜੀ ਜਾਂਦੀ ਹੈ। ਮਾਸਟਰਣੀ, ਇਹ ਜੰਗ ਤਾਂ ਬਹੁਤ ਪੁਰਾਣੀ ਹੋ ਗਈ, ਹੁਣ ਤੂੰ ਨਵੀਂ ਜੰਗ ਦੀ ਗੱਲ ਕਰ ਜਿਹਦੇ ਵਿੱਚ ਮੇਰੇ ਵਰਗਿਆਂ ਦਾ ਦਾ ਲੱਗ ਜਾਂਦਾ ਹੈ। ਤੂੰ ਕਹਿਣਾ ਕੀ ਚਾਹੁੰਦਾ ਸਰਦਾਰਾ? ਆ ਕਹਿਣਾ ਕੋਣਾ ਕੀ ਆ ਮਾਸਟਰਣੀ, ਵੇ ਮੈਂ ਕਹਿੰਦਾ ਆਪਾਂ ਸੁਲਾਹ ਕਰ ਲਈਏ। ਗੱਲ ਤਾਂ ਤੇਰੀ ਠੀਕ ਹੈ ਸਰਦਾਰਾ, ਮੈਨੂੰ ਵੀ ਬੜੇ ਚਿਰ ਤੋਂ ਉਡੀਕ ਸੀ ਤੇਰੀ, ਮੈਨੂੰ ਪਤਾ ਸੀ ਤੂੰ ਜ਼ਰੂਰ ਆਵੇਗਾ। ਅੱਛਾ, ਤੈਨੂੰ ਪਤਾ ਸੀ? ਹਾਂ, ਮੈਨੂੰ ਪਤਾ ਸੀ। ਉਹ ਕਿਵੇਂ? ਕੱਲੀ ਗੈਰੀ ਕੁੜੀ ਪਿੰਡ ਵਿੱਚ ਰਹਿੰਦੀ ਹੋਵੇ ਤਾਂ ਕਿਸੀ ਬੇਲੀ ਬਦਮਾਸ਼ ਦੀ ਨੀਅਤ ਬਦਲ ਜਾਵੇ, ਇਹ ਕੋਈ ਨਵੀਂ ਗੱਲ ਤਾਂ ਨਹੀਂ? ਤੂੰ ਤੇ ਮੈਨੂੰ ਜਾਣੀ ਜਾਣ ਲੱਗ ਗਈ ਮਾਸਟਰਣੀ, ਫਿਰ ਦੱਸ ਕਿੱਦਾਂ ਕਰਨਾ? ਫੇਰ ਕੀ, ਆਪਾਂ ਸੌਦਾ ਕਰ ਲਈਏ ਸਰਦਾਰਾ। ਸੌਦਾ ਨਹੀਂ ਮਾਸਟਰਣੀ, ਆਪਾਂ ਸੁਲਾਹ ਕਰ ਲਈਏ। ਸੁਲਾਹ ਨਹੀਂ ਸਰਦਾਰਾ, ਸੌਦਾ ਕਰ ਸੌਦਾ। ਸੌਦੇ ਹੁੰਦੇ ਨੇ ਮੱਝਾਂ ਗਾਵਾਂ ਦੇ ਮਾਸਟਰਣੀ, ਆਪਾਂ ਪਿਆਰ ਦਾ ਸੌਦਾ ਕਰ ਲਈਏ। ਇੰਨਾ ਜਾਣਨਾ ਬਣ ਸਰਦਾਰਾ, ਮੈਨੂੰ ਬੜੇ ਚਿਰਾਂ ਤੋਂ ਸ਼ਿਕਾਰ ਦੀ ਭਾਲ ਸੀ ਤੇ ਉਹ ਸ਼ਿਕਾਰ ਤੂੰ ਹੈ ਸਰਦਾਰਾ, ਤੂੰ। ਮਾਸਟਰਾਣੀਏ, ਭਾਵੇਂ ਤੂੰ ਸਾਨੂੰ ਸਮਝ ਸ਼ਿਕਾਰ ਤੇ ਭਾਵੇਂ ਸਮਝ ਸ਼ਿਕਾਰੀ, ਅਸੀਂ ਆ ਤੇਰੇ ਹੁਸਨਾਂ ਦੇ ਪੁਜਾਰੀ। ਮਾਸਟਰਾਣੀਏ, ਇੱਕ ਵਾਰੀ ਗੱਲ ਲੱਗ ਜਾ, ਤੈਨੂੰ ਰਜਾ ਦਿਆਂਗਾ ਰਜਾ। ਰਜਣਾ ਤਾਂ ਮੈਂ ਵੀ ਚਾਹੁੰਦੀ ਹਾਂ ਸਰਦਾਰਾ, ਵੱਧ ਅੱਗੇ। ਮਾਸਟਰਾਣੀਏ, ਲੱਗ ਜਾ ਸੀਨੇ ਤੇ ਪਾ ਦੇ ਠੰਡ।
ਸਰਪੰਚ ਸਾਹਿਬ, ਉਧਰ ਪਾਲਾ ਮਾਸਟਰਾਣੀ ਨਾ ਹੱਥੋਂ ਪਾਈ ਹੋ ਰਿਹਾ। ਹੈਂ, ਇਹ ਮਜ਼ਾਲ ਮੈਂ ਦੇਖਦਾ ਚੱਲ। ਇਹੋ ਜਿਹੇ ਬੰਦਿਆਂ ਦਾ ਇਹੋ ਹਸ਼ਰ ਹੋਣਾ ਚਾਹੀਦਾ। ਸਰਪੰਚ ਜੀ, ਇਹਨਾਂ ਨੇ ਤਾਂ ਸਾਡੇ ਪਿੰਡ ਦੇ ਵਿੱਚ ਧੀਆਂ ਭੈਣਾਂ ਦਾ ਜੀਣਾ ਹਰਾਮ ਕੀਤਾ ਸੀ, ਇਸ ਕਰਕੇ ਚੰਗਾ ਹੋਇਆ ਇਹ ਬਲਾ ਵੱਢੀ ਗਈ ਕਲੋਂ। ਉਹ ਬੱਲੇ ਸੂਰਮੀ ਮਾਂ ਦੀਏ, ਸ਼ੇਰਨੀਏ ਧੀਏ, ਨਹੀਂ ਰੀਸਾਂ ਤੇਰੀਆਂ। ਸਰਪੰਚ ਸਾਹਿਬ, ਇਹਦੀ ਮਰੇ ਦੀ ਖਬਰ ਤੁਸੀਂ ਅਖਬਾਰ 'ਚ ਲਾਇਓ। ਹਾਂ ਹਾਂ ਹਾਂ, ਕੱਲ ਤੁਸੀਂ ਅਖਬਾਰਾਂ ਵਿੱਚ ਪੜੋਗੇ ਕਿ ਕਿਸੇ ਗਰੀਬ ਦੀ ਧੀ ਹੀ ਨਹੀਂ ਲੱਭ ਰਹੀ, ਤੇ ਨਾਲੇ ਤੁਸੀਂ ਇਹ ਵੀ ਪੜੋਗੇ ਕਿ ਕਿਸੇ ਬੇਲੀ ਬਦਮਾਸ਼ ਦੀ ਲਾਸ਼ ਵਿੱਚ ਰਸਤੇ ਪਈ ਹੈ। ਤਾਂ ਤੁਸੀਂ ਸਮਝ ਲੈਣਾ ਕਿ ਕਿਸੇ ਅਣਖਿਲੀ ਮਟਿਆਰ ਨੇ ਆਪਣੀ ਧੀ, ਆਪਣੀ ਭੈਣ ਤੇ ਆਪਣੀ ਮਾਂ ਦੇ ਉੱਤੇ ਹੋਏ ਅਤਿਆਚਾਰਾਂ ਦਾ ਬਦਲਾ ਲੈ ਲਿਆ। ਤੇ ਮੇਰੀ ਭੈਣੋ, ਉੱਠੋ, ਤੁਹਾਨੂੰ ਇਹੋ ਜਿਹੇ ਪਾਲਾ ਸਿੰਘ ਵਰਗਿਆਂ ਨੂੰ ਸਬਕ ਸਿਖਾਉਣਾ ਹੀ ਪੈਣਾ ਹੈ। ਮੇਰੀ ਭੈਣੋ, ਜਾਗੋ, ਤੁਹਾਨੂੰ ਇਹ ਜੰਗ ਲੜਨੀ ਪੈਣੀ ਹੈ, ਇਹ ਜੰਗ ਲੜਨੀ ਪੈਣੀ ਹੈ।